ਅਰਦਾਸ ਹਨਾਰੀ ਜੀਉ ਪਿੰਡ ਸਭ ਤੇਰਾ ਬਾਬਾ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਧਨ 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 ਜਨ ਆਇਆ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਜਨ ਆਵਨ ਗਾਇ ਹੈ ਸੁਆਉ ਜਨ ਕਰ ਸੰਗ ਜਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦਿਸ ਜਨ ਕਾ ਸਦਾ ਨਮਸਕਾਰ ਜੀਤ ਆਇਆ ਤੇ ਜਗਤ ਤਰ ਜਾਵੇ ਧਨ ਧਨ ਆਉਣਾ
ਸਭ ਜਗ ਤਤਰਾਇਆ ਜਨ ਆਵਰ ਕਹਿ ਸੁਆਉ ਜਨ ਕਹਿ ਸੰਗ ਚਿਤਿਆਗਤ ਮੁਕਤ ਕਰੇ ਸੰਸਾਰ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਭਗਤਾਂ ਕੀ ਚਾਲ ਨਿਰਲੀ ਚਾਲ ਨਿਰਲੀ ਭਗਤਾਂ ਕੇਰੀ ਵੇਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਕਫਤ ਨਾਹੀ ਬੋਲਣਾ ਮਾਰਗ ਜਾਣਾ ਗੁਰਪ੍ਰਸਾਦੇ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਜਾਲ ਭਗਤਾਂ ਜੁਗ ਜੁਗ ਨਿਰਾਲੀ ਭਗਤਾਂ ਦੀ ਚਾਲ ਨਿਰਾਲੀ ਭਗਤਾਂ ਦੀ ਚਾਲ ਨਿਰਾਲੀ
ਕੁਛ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਨਾ ਮਿਟਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਰ ਲਏ ਹਿਨਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਬੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਨਾਈ ਪਰਮ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਚਵਰ ਛਤਰ ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਮਿਹਰ ਰਹਿਮਤ ਹੋਈ ਧੰਨ ਧੰਨ ਸ਼ਹੀਦ ਬਾਬਾ ਹਰੀ ਸਿੰਘ ਜੀਆਂ ਦੇ ਪਵਿੱਤਰ ਅਸਥਾਨਾਂ ਦੇ ਸਰਦਾਰ ਹਰਜਿੰਦਰ ਸਿੰਘ ਸਪੁੱਤਰ ਸਰਦਾਰ ਗੁਰਦਿਆਲ ਸਿੰਘ ਸੋ ਇਹਨਾਂ ਦੇ ਰਿਸ਼ਤੇਦਾਰ ਅਸਲਾਪੁਰ ਤੋਂ ਨੰਬਰਦਾਰ ਸਰਦਾਰ ਸੋਹਣ ਸਿੰਘ ਜੀ ਅਸਲਾਪੁਰ ਸਮੂਹ ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਤਿਗੁਰਾਂ ਨੇ ਕਿਰਪਾ ਕੀਤੀ ਸਰਦਾਰ ਸੋਹਣ ਸਿੰਘ ਜੀਆਂ ਨੂੰ ਪੜੋਤੇ ਦੀ ਦਾਤ ਬਖਸ਼ਿਸ਼ ਕੀਤੀ ਭਾਈ ਬਰਵਿੰਦਰ ਸਿੰਘ ਸਪੁੱਤਰ ਸਰਦਾਰ ਕਿਰਪਾਲ ਸਿੰਘ ਜੀਆਂ ਦੇ ਗ੍ਰਹਿ ਵਿਖੇ ਕਾਕਾ ਜਗਮੀਤ ਸਿੰਘ ਦਾ ਪਿਛਲੇ ਸਾਲ ਜਨਮ ਹੋਇਆ ਅਸਥਾਨ ਤੇ ਕਿਸੇ ਸਮੇਂ ਅਰਦਾਸ ਬੇਨਤੀ ਕੀਤੀ ਹੋਵੇਗੀ ਸੁਪਨਾ ਸੁੱਖੀ ਹੋਵੇਗੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸ਼ਹੀਦਾਂ ਸਿੰਘਾਂ ਨੇ ਆਪਣੀ ਅਬਾਦਤ ਦੇ ਵਿੱਚੋਂ ਆਪਣੀ ਭਲਾਈ ਦੇ ਵਿੱਚੋਂ ਸੇਵਕਾਂ ਨੂੰ ਦਾਤਾਂ ਬਖਸ਼ੀਆਂ ਆਓ ਫਿਰ ਸਮਾਂ ਸਤਿਗੁਰਾਂ ਦੀ ਕਿਰਪਾ ਹੋਈ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਈ ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰਾਂਗੇ ਤਕਰੀਬਨ 10:15 ਨੂੰ 10:30 ਦੇ ਵਿੱਚ ਆਪਾਂ ਸਮਾਪਤੀ ਕਰ ਦੇਣੀ ਹੈ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਘਰੇਲੂ ਕੰਮਾਂ ਕਰਮ ਨੂੰ ਸੰਕੋਚਦੇ ਹੋਏ ਸ਼ਹੀਦ ਬਾਬਾ ਹਰੀ ਸਿੰਘ ਜੀਆਂ ਦੇ ਪਵਿੱਤਰ ਅਸਥਾਨਾਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾਉਣ ਦੀ ਕਿਰਪਾ ਤਾਂ ਕਰੋ ਜੀ ਆਪ ਜੀ ਸ਼ਬਦ ਪੜ ਗਏ ਸੀ ਭਗਤਾਂ ਕੀ ਚਾਲ ਨਿਰਾਲੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਫਿਰ ਸ਼ਬਦ ਦੇ ਵਿਚਾਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਆਪੋ ਜੀ ਵਾਹਿਗੁਰੂ ਜੀ ਕਾ ਸ਼ਬਦ ਪੜ ਰਹੇ ਸੀ ਭਗਤਾਂ ਕੀ ਚਾਲ ਨਿਰਾਲੀ ਰੱਬ ਦੇ ਪਿਆਰੇ ਗੁਰਮੁਖ ਜਨ ਭਗਤ ਜਨ ਸੰਤ ਜਨ ਜਿਨ੍ਹਾਂ ਦੀ ਚਾਲ ਜਿਨ੍ਹਾਂ ਦੀ ਰਹਿਣੀ ਵਹਿਣੀ ਸਹਿਣੀ ਕਰਨੀ ਦੁਨੀਆਂ ਤੋਂ ਵੱਖਰੀ ਸੰਸਾਰ ਤੋਂ ਵੱਖਰੀ ਸੰਸਾਰ ਦੀ ਵਿਕਤੀ ਹੈ ਮਾਇਆ ਦੇ ਪਿੱਛੇ ਦੌੜਨਾ
ਇੱਦਾਂ ਕਹਿ ਦਈਏ ਕਿ ਆਪਣੀਆਂ ਲੋੜਾਂ ਆਪਣੀਆਂ ਦਾਤਾਂ ਪਿੱਛੇ ਦੌੜਨਾ, ਪਰ ਰੱਬ ਦੇ ਪਿਆਰੇ ਵਾਹਿਗੁਰੂ ਵੱਲ ਨੂੰ ਮੂੰਹ ਕੀਤਾ ਹੁੰਦਾ, ਪਰਮਾਤਮਾ ਦੇ ਵੱਲ ਨੂੰ ਵਾਹਿਗੁਰੂ ਪਰਮੇਸ਼ਰ ਦੀ ਇੱਛਾ ਆਕਾਂਖੀ ਅੱਗੇ ਦੱਸ ਦੁਹਾਰੋ, ਇੱਕੋ ਇੱਛਾ ਕਿ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਪਾਉਣਾ, ਉਹਦੀ ਭਗਤੀ ਕਰਨੀ। ਇਸੇ ਕਰਕੇ ਦੁਨੀਆਂ ਦੇ ਨਾਲ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਨਹੀਂ ਆਉਂਦਾ। ਦੁਨਿਆਵੀ ਬੰਦਾ ਉਹਦੀ ਸੋਚ ਆਪਣੇ ਪਰਿਵਾਰ ਤੱਕ ਸੀਮਤ ਹੁੰਦੀ ਆ, ਕਿਸੇ ਦੀ ਥੋੜ੍ਹੀ ਬਹੁਤੀ ਉੱਚੀ ਸੋਚ ਹੋਵੇ ਆਂਢ ਗੁਆਂਢ ਦੇ ਭਲੇ ਦੀ ਸੋਚਦਾ, ਕੋਈ ਹੋਰ ਥੋੜ੍ਹਾ ਗਿਆਨ ਰੱਖਦਾ ਹੋਵੇ ਉਹ ਨਗਰ ਦੇ ਭਲੇ ਦੀ ਸੋਚਦਾ। ਕੋਈ ਵਿਰਲੇ ਹੁੰਦੇ ਨੇ ਜਿਹੜੇ ਸਮਾਜ ਦੀ ਦੁਨੀਆਂ ਦੇ ਸਰਬੱਤ ਦੇ ਭਲੇ ਦੇ ਲਈ ਸੋਚਦੇ ਹੋਣ। ਰੱਬ ਦੇ ਪਿਆਰੇ ਸਾਧੂ ਜਨ, ਸੰਤ ਜਨ, ਗੁਰਮੁਖ ਜਨ, ਉਹ ਇਸੇ ਕਰਕੇ ਉਹਨਾਂ ਦਾ ਸੰਸਾਰ ਦੇ ਨਾਲ ਦੁਨੀਆਂ ਦੇ ਨਾਲ ਜੋੜ ਨਹੀਂ ਆਉਂਦਾ। ਉਹਨਾਂ ਦੀ ਚਾਲ, ਉਹਨਾਂ ਦੀ ਚਾਲੀ, ਉਹਨਾਂ ਦੀ ਮਰਿਆਦਾ ਦੁਨੀਆਂ ਦੇ ਨਾਲੋਂ ਸੰਸਾਰ ਦੇ ਨਾਲੋਂ ਵੱਖਰੀ ਹੁੰਦੀ ਹੈ। ਵੱਖਰੀ ਕਿਉਂ ਹੁੰਦੀ ਹੈ? ਕਿਉਂਕਿ ਚਾਲ ਨਿਰਾਲੀ ਭਗਤ ਹਾਂ ਕੇਰੀ ਬਿਖਮ ਮਾਰਗ ਚੱਲਣਾ, ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਰਸਤਾ, ਭਗਤੀ ਦਾ ਰਸਤਾ, ਆਖਣ ਔਖਾ ਸਾਚਾ ਨਾਓ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਰਸਤਾ ਇੰਨਾ ਸੌਖਾ ਮਾਰਗ ਨਹੀਂ, ਬੜਾ ਕਠਿਨ ਹੈ। ਸਤਿਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦੱਸਦੇ ਨੇ, ਕਹਿੰਦੇ ਇਸ ਰਸਤੇ ਤੇ ਤੁਰਨ ਵਾਲਿਆਂ ਨੂੰ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਕਹਿੰਦੇ ਸਭ ਕੁਝ ਛੱਡਣਾ ਪੈਂਦਾ, ਸਭ ਕੁਝ ਛੱਡਣਾ ਪੈਂਦਾ। ਬਹੁਤ ਨਾ ਹੀ ਗੁਰਨਾ ਸੰਕੋਚ ਦੇ ਨਾਲ, ਗੁਰਨਾ ਵੀ ਸੰਕੋਚ ਦੇ ਨਾਲ, ਇਹ ਮਾਰਗ ਖੰਨਿਓ ਤਿੱਖੀ ਵਾਲ ਹਣਕੀ, ਇਹ ਮਾਰਗ ਜਾਣਾ। ਕਹਿੰਦੇ ਜਿਹੜਾ ਰਸਤਾ ਨਾ ਪਰਮਾਤਮਾ ਨੂੰ ਮਿਲਣ ਦਾ, ਭਗਤੀ ਵਾਲਾ, ਜਾਂ ਇੱਦਾਂ ਕਹਿ ਲਈਏ ਗੁਰਸਿੱਖੀ ਕਮਾਉਣ ਵਾਲਾ ਰਸਤਾ, ਗੁਰਸਿੱਖੀ ਦਾ ਰਸਤਾ ਇੰਨਾ ਬਾਰੀਕ ਹੈ। ਖੰਨਿਓ ਤਿੱਖੀ ਵਾਲ ਹਣਕੀ, ਇਹ ਮਾਰਗ ਜਾਣਾ। ਜਾਂ ਇੱਦਾਂ ਸਿੱਧਾ ਹੀ ਕਹਿ ਲਈਏ ਕਿ ਖੰਡੇ ਦੀ ਧਾਰ ਤੇ ਤੁਰਨਾ ਪੈਂਦਾ, ਮਹਾਂਪੁਰਸ਼ ਪੜ੍ਹਦੇ ਹੁੰਦੇ ਨੇ ਇਹ ਸਿੱਖੀ ਦਾ ਰਸਤਾ। ਵਾਲ ਤੋਂ ਬਰੀਕ ਖੰਡੇ ਨਾਲੋਂ ਤਿੱਖੀ ਹੈ, ਧੰਨ ਵਾਜਾ ਵਾਲਿਆ ਧੰਨ ਸਿੱਖੀ ਹੈ। Yeah.
ਪਿਆਰੇ ਭਗਤ ਹੋਏ ਨੇ ਇਹਨਾਂ ਨੂੰ ਸ਼੍ਰੋਮਣੀ ਇਸ ਕਰਕੇ ਆਖਿਆ ਜਾਂਦਾ
ਇਹਨਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਧੰਨਾ ਜੀਆਂ ਦੇ ਚਾਰ ਸ਼ਬਦ ਮੰਨੇ ਜਾਂਦੇ ਨੇ, ਕੁਝ ਤਿੰਨ ਵੀ ਮੰਨਦੇ ਨੇ, ਕਿਉਂਕਿ ਇੱਕ ਭਗਤ ਇੱਕ ਸ਼ਬਦ ਗੋਬਿੰਦ 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 ਸੰਗ ਨਾਮ ਦੇ ਮੰਨ ਲੈਣਾ ਪੰਚਮ ਪਾਤਸ਼ਾਹ ਦਾ ਮੰਨਿਆ ਜਾਂਦਾ। ਪਰ ਦੋ ਵਿਚਾਰਾਂ ਨੇ ਜਿਹੜੀ ਬਾਣੀ ਗੁਰੂ ਸਾਹਿਬ ਦੀ ਹੈ ਉਹ ਸਮਾਪਤੀ ਦੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਨਾਲ ਉਹ ਬਾਣੀ ਦੀ ਸਮਾਪਤੀ ਹੁੰਦੀ ਹੈ, ਪਰ ਇਸ ਸ਼ਬਦ ਦੇ ਵਿੱਚ ਭਗਤ ਧੰਨਾ ਜੀਆਂ ਦੇ ਨਾਲ ਹੀ ਸਮਾਪਤੀ ਹੁੰਦੀ ਹੈ। ਕੁਝ ਇੱਦਾਂ ਜ਼ਰੂਰ ਹੋ ਸਕਦਾ ਜਿੱਥੇ ਭਗਤਾਂ ਦੀ ਬਾਣੀ ਕੋਈ ਸ਼ਬਦ ਗੁਰਮਤ ਦੇ ਆਸ਼ੇ ਤੋਂ ਥੋੜ੍ਹਾ ਜਿਹਾ ਬਾਹਰ ਸੀ, ਉਹ ਗੁਰੂ ਸਾਹਿਬ ਨੇ ਆਪ ਉਸ ਦੇ ਵਿੱਚ ਸੋਧ ਕਰਕੇ ਸੰਪੂਰਨ ਕੀਤਾ ਹੋਇਆ। ਰਹੋ ਵਿਚਾਰ, ਇੱਕ ਸ਼ਬਦ ਭਾਈ ਗੁਰਦਾਸ ਜੀਆਂ ਨੇ ਭਗਤ ਧੰਨਾ ਜੀਆਂ ਦੀ ਮਹਿਮਾ ਦੇ ਵਿੱਚ ਲਿਖਣਾ ਕੀਤਾ, ਉਹ ਸ਼ਬਦ ਇਤਿਹਾਸ ਭਗਤ ਧੰਨਾ ਜੀਆਂ ਦੀ ਜੀਵਨੀ ਨੂੰ ਵਰਣਨ ਕਰ ਰਿਹਾ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਬ੍ਰਾਹਮਣ ਪੂਜੈ ਦੇਵਤੇ ਧੰਨਾ ਗੋਰੂ ਚਰਾਵਣ ਆਵੈ, ਧੰਨੇ ਡਿੱਠਾ ਚਲਤ ਇਹ ਪੁੱਛੈ ਬ੍ਰਾਹਮਣ ਆਪ ਸੁਣਾਵੈ। ਭਗਤ ਧੰਨਾ ਜੀ ਜ਼ਿਮੀਦਾਰ ਘਰਾਣੇ ਵਿੱਚ ਪੈਦਾ ਹੋਏ, ਜ਼ਿਲ੍ਹਾ ਟਾਂਕ ਰਾਜਸਥਾਨ ਦੇ ਵਿੱਚ ਨਗਰ ਧੂਆਂ ਕਲਾਂ, ਕੁਝ ਇਤਿਹਾਸ ਚੋਰੂ ਨਗਰ ਦਾ ਵੀ ਜਨਮ ਦੱਸਦਾ। ਧੂਆਂ ਕਲਾਂ ਉਹਨਾਂ ਨੇ ਖੇਤੀਬਾੜੀ ਕੀਤੀ ਔਰ ਧੂਆਂ ਕਲਾਂ ਹੀ ਉਹ ਬਾਅਦ ਵਿੱਚ ਰਹੇ। ਕਹਿੰਦੇ ਹਰ ਰੋਜ਼ ਆਪਣੀ ਕਿਰਤ ਦੇ ਅਨੁਸਾਰ ਖੇਤਾਂ ਦੇ ਵਿੱਚ ਖੇਤੀਬਾੜੀ ਦਾ ਕੰਮ ਕਰਨਾ ਔਰ ਪਸ਼ੂਆਂ ਨੂੰ ਗਊਆਂ ਨੂੰ ਮੱਝਾਂ ਨੂੰ ਚਾਰਨ ਦੇ ਲਈ ਜਾਣਾ। ਰਸਤੇ ਦੇ ਵਿੱਚ ਕਹਿੰਦੇ ਇੱਕ ਮੰਦਰ ਪੈਂਦਾ ਜਿਹਦਾ ਪੰਡਿਤ ਹੈ ਤਰਲੋਚਨ ਪੰਡਿਤ। ਇੱਕ ਤਰਲੋਚਨ ਭਗਤ ਵੀ ਹੋਏ ਨੇ, ਇਹ ਭਗਤ ਤਰਲੋਚਨ ਪੰਡਿਤ ਤਰਲੋਚਨ ਜੀ ਉਹਨੇ ਆਪਣੀ ਹਰ ਰੋਜ਼ ਦੀ ਤਰ੍ਹਾਂ ਮੰਦਰ ਦੇ ਵਿੱਚ ਪੂਜਾ ਅਰਚਨਾ ਕਰਨੀ, ਠਾਕਰਾਂ ਦਾ ਇਸ਼ਨਾਨ ਕਰਾਉਣਾ ਜੋ ਵੀ ਮੰਦਰ ਦੀ ਮਰਿਆਦਾ ਹੁੰਦੀ ਹੈ, ਆਰਤੀ ਕਰਨੀ, ਸ਼ਬਦ ਗਾਉਣੇ। ਭਗਤ ਧੰਨਾ ਜੀਆਂ ਨੇ ਹਰ ਰੋਜ਼ ਅੱਗੋਂ ਦੀ ਲੰਘਣਾ ਔਰ ਮਨ ਦੇ ਵਿੱਚ ਬੜਾ ਖਿਆਲ ਹੋਣਾ ਕਿ ਪੰਡਿਤ ਜੀ ਕੋਈ ਖੇਤੀਬਾੜੀ ਦਾ ਕੋਈ ਕੰਮ ਕਾਰ ਵੀ ਨਹੀਂ ਕਰਦੇ, ਪਰ ਇਹਨਾਂ ਦਾ ਗੁਜ਼ਾਰਾ ਕਿਵੇਂ ਹੁੰਦਾ ਹੋਵੇਗਾ। ਬੱਚੇ ਨੇ ਖਿਆਲ ਆ ਗਿਆ, ਇੱਕ ਦਿਨ ਫਿਰ ਜੱਗਾਂ ਤੱਕਾਂ ਕਰਦਿਆਂ ਨੇ ਪੁੱਛ ਹੀ ਲਿਆ, ਕਹਿੰਦੇ ਬ੍ਰਾਹਮਣ ਪੂਜੇ ਦੇਵਤਾ
ਕਹਿੰਦੇ ਦੇਵਤਿਆਂ ਦੀ ਪੂਜਾ ਕਰਦਾ, ਧੰਨਾ ਗਊ ਚਰਾਵਣ ਆਵੇ, ਕਹਿੰਦੇ ਭਗਤ ਧੰਨਾ ਜੀ ਗਊਆਂ ਨੂੰ ਲੈ ਕੇ ਜਾਂਦੇ ਨੇ, ਧੰਨੇ ਮਿੱਠਾ ਚਲਤ ਵੇਦ ਹੋਏ, ਸਭ ਕੁਝ ਕਿਰਿਆ ਕਰਦਿਆਂ ਨੂੰ ਵੇਖ ਕੇ ਬ੍ਰਾਹਮਣ ਜੀ ਨੂੰ ਪੁੱਛਦੇ ਨੇ, ਕਹਿੰਦੇ ਪੰਡਿਤ ਜੀ ਇਹ ਕੀ ਕਰਦੇ ਹੋ? ਪੁੱਛਣ ਤੇ ਕਹਿੰਦੇ ਬ੍ਰਾਹਮਣ ਆਖ ਸੁਣਾਵੇ, ਫਿਰ ਉਹਨੇ ਆਖ ਕੇ ਸੁਣਾਇਆ, ਕਹਿੰਦੇ ਮੈਂ ਦੇਵਤਿਆਂ ਦੀ ਪੂਜਾ ਕਰਦਾ, ਭਗਵਾਨ ਦੀ ਪੂਜਾ ਕਰਦਾ। ਉਹ ਕਹਿੰਦੇ ਫਿਰ ਕੀ ਹੋਵੇਗਾ? ਕਹਿੰਦੇ ਮੇਰੀ ਪੂਜਾ ਕਰਨ ਦੇ ਨਾਲ ਭਗਵਾਨ ਖੁਸ਼ ਹੋ ਜਾਵੇਗਾ। ਕਹਿੰਦੇ ਅੱਛਾ, ਜੇ ਭਗਵਾਨ ਖੁਸ਼ ਹੋ ਜਾਵੇਗਾ ਫਿਰ ਕੀ ਹੋਵੇਗਾ? ਕਹਿੰਦੇ ਭਾਈ ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ। ਕਹਿੰਦੇ ਜੋ ਵੀ ਮਨ ਵਿੱਚ ਇੱਛਾ ਕਰੇਗਾ, ਜੇ ਭਗਵਾਨ ਦੀ ਦੇਵਤਿਆਂ ਦੀ ਪੂਜਾ ਕਰ ਲਵਾਂਗਾ ਜੋ ਇੱਛਾ। ਸਤਿਗੁਰਾਂ ਦਾ ਵੀ ਫਰਮਾਨ ਹੈ, ਅਸਲ ਠਾਕੁਰ ਹੈ ਪਰਮਾਤਮਾ ਵਾਹਿਗੁਰੂ ਪਰਮੇਸ਼ਰ, ਜਿਹਦੀ ਸਾਰੇ ਪਕੜਾਈ ਚੱਲਦੀ ਆ, ਦੁਨੀਆਂ ਦੇ ਸਾਰੇ ਹੁਕਮ ਚੱਲਦਾ, ਉਹ ਮਾਲਕ ਵਾਹਿਗੁਰੂ ਪਰਮੇਸ਼ਰ। ਜੋ ਮੰਗ ਹੈ ਠਾਕੁਰ ਆਪਣੇ ਤੇ, ਗੁਰਬਾਣੀ ਦਾ ਵੀ ਫਰਮਾਨ ਹੈ, ਜੋ ਮੰਗੇ ਭਾਈ ਪਰਮਾਤਮਾ ਤੋਂ, ਗੁਰੂ ਤੋਂ, ਠਾਕੁਰ ਤੋਂ, ਜਿਹਦੀ ਸਾਰੇ ਟਕਰਾਈ ਚੱਲਦੀ ਆ, ਹੁਕਮ ਚੱਲਦਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੋ ਜੇ ਬੁਝੈ ਤਾਂ ਮੈਂ ਕਹਿ ਨਾ। ਸੋਈ ਸੋਈ ਮਿਲਦਾ ਜੀ ਜੋ ਮੰਗੈ ਠਾਕੁਰ ਆਪਣੇ ਤੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਹਿੰਦਾ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੈ ਹਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸ਼ਰਨੀ ਪਰੈ। ਕਹਿੰਦੇ ਭਾਈ ਜੋ ਵੀ ਮੰਗ ਲਈਏ ਪਰਮਾਤਮਾ ਤੋਂ, ਵਾਹਿਗੁਰੂ ਤੋਂ, ਪਰਮੇਸ਼ਰ ਤੋਂ, ਅਕਾਲ ਪੁਰਖ ਤੋਂ, ਮੰਗਣ ਵਾਲੇ ਦੇ ਅੰਦਰ ਸ਼ਰਧਾ ਹੋਵੇ, ਵਿਸ਼ਵਾਸ ਹੋਵੇ। ਹੁਣ ਬਾਲਕ ਹੈ, ਸਤਿਗੁਰੂ ਗੁਰਬਾਣੀ ਦੇ ਵਿੱਚ ਦੱਸਦੇ ਨੇ, ਕਹਿੰਦੇ ਭੋਲੇ ਭਾਏ ਮਿਲੇ ਰਘੁਰਾਇਆ, ਭੋਲਾ ਹੈ। ਕਹਿੰਦੇ ਅੱਛਾ ਜੀ, ਠਾਕੁਰ ਜੀ ਭਗਵਾਨ ਵਾਹਿਗੁਰੂ ਪਰਮੇਸ਼ਰ ਇੰਨੀ ਕਿਰਪਾ ਕਰਦੇ ਨੇ, ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ, ਕਹਿੰਦੇ ਫਿਰ ਮੈਨੂੰ ਵੀ ਮੇਰੇ ਤੇ ਵੀ ਕਿਰਪਾ ਕਰਦੇ ਹੋ। ਧੰਨਾ ਕਰਦਾ ਜੋਦੜੀ ਮੈਂ ਪੀ ਦੇ, ਇੱਕ ਜੇ ਤੁਧ ਭਾਵੈ, ਕਹਿੰਦੇ ਇੱਕ ਮੈਨੂੰ ਵੀ ਦੇ ਦਿਓ, ਇੱਕ ਠਾਕੁਰ ਮੈਨੂੰ ਵੀ ਦੇ ਦੇਵੋ। ਹੁਣ ਕਹਿੰਦੇ ਉਸ ਪੰਡਿਤ ਨੇ ਲਾਲਚ ਵਿੱਚ ਆ ਗਿਆ, ਕਹਿੰਦੇ ਭੋਲਾ ਆ, ਕਹਿੰਦੇ ਇੰਨਾ ਨੀ ਕਰਨਾ, ਕਹਿੰਦੇ ਇਹਦੀ ਕੀਮਤ ਬਹੁਤ ਆ, ਕਹਿੰਦੇ ਕਿੰਨੀ ਕੁ ਕੀਮਤ ਆ? ਹੁਣ ਪੰਡਿਤ ਜੀ ਨੇ ਸੋਚਿਆ ਕਿ
ਗਊਆਂ ਚਰਾਉਣ ਜਾਂਦਾ। ਕਹਿੰਦੇ ਇੱਕ ਸੱਜਰ ਸੂਈ ਗਾਂ ਦੇ ਦੇ। ਕਹਿੰਦੇ ਭਗਤ ਗਿਆ ਜੀ ਉਸੇ ਵਕਤ ਕਹਿੰਦੇ ਜਿੰਨੀਆਂ ਗਊਆਂ ਨੇ ਜੋ ਤੁਹਾਨੂੰ ਚੰਗੀ ਲੱਗਦੀ ਆ ਉਹ ਗਾਂ ਦਾ ਹਿੱਸਾ ਬਣ ਲਓ। ਕਹਿੰਦੇ ਫਿਰ ਕੀ ਕੀਤਾ ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਲੈਲ ਛਡਾਵੇ। ਆਪਣਾ ਪਿੱਛਾ ਛਡਾਉਣ ਦੇ ਮਾਰੇ ਇੱਕ ਪੱਥਰ ਲਪੇਟ ਕੇ ਦੇ ਦਿੱਤਾ। ਹੁਣ ਭਗਤ ਧੰਨਾ ਜੀ ਘਰੇ ਚਲੇ ਗਏ, ਇੱਕ ਚੌਂਕੀ ਬਣਾ ਲਈ, ਪੱਥਰ ਠਾਕੁਰ ਨੂੰ ਨਿਭਾਲ ਪਏ, ਇਸ਼ਨਾਨ ਕਰਾਇਆ ਹੋਵੇ ਜਿਵੇਂ ਦੇਖਿਆ ਜਿਵੇਂ ਪੰਡਿਤ ਜੀ ਕਰਦੇ। ਪੰਡਿਤ ਜੀ ਕਹਿੰਦੇ ਅਸੀਂ ਭੋਗ ਲਵਾਉਂਦੇ ਹਾਂ, ਅਸੀਂ ਪ੍ਰਸ਼ਾਦ ਚੜਾਉਂਦੇ ਹਾਂ, ਹੁਣ ਓਦਾਂ ਹੀ ਵੇਖੋ ਵੇਖੀ ਠਾਕੁਰ ਨੂੰ ਨਿਭਾਲ ਕੇ ਸ਼ਾਹੀ ਰੋਟੀ ਲੈ ਭੋਗ ਚੜਾਵੇ। ਸ਼ਾਹੀ ਕਹਿੰਦੇ ਨੇ ਲੱਸੀ ਨੂੰ ਜਿਉਂ ਜਿਉਂ ਘਰ ਦੇ ਵਿੱਚ ਸੀ ਰੁੱਖੀ ਮਿੱਸੀ ਅੱਗੇ ਲਿਆ ਕੇ ਧਰ ਦਿੱਤੀ। ਭਗਵਾਨ ਕਿਰਪਾ ਕਰੋ ਹੁਣ ਲਾਓ ਭੋਗ ਹਰਾਏ। ਇੱਕ ਦਿਨ ਲੰਘ ਗਿਆ, ਭਗਵਾਨ ਨੇ ਨਹੀਂ ਭੋਗ ਲਾਇਆ। ਪੰਡਿਤ ਤਾਂ ਆਪਣੀ ਮਰਿਆਦਾ ਅਨੁਸਾਰ ਭੋਗ ਲਵਾ ਕੇ ਅੱਗੇ ਵਰਤਾ ਦਿੰਦਾ। ਹੁਣ ਭਗਤ ਧੰਨਾ ਜੀਆਂ ਨੇ ਸੋਚਿਆ ਕਿ ਭਗਵਾਨ ਪ੍ਰਗਟ ਹੋਵੇਗਾ, ਪ੍ਰਸ਼ਾਦਾ ਛਕੇਗਾ, ਮੈਂ ਛਕਾਵਾਂਗਾ, ਸੇਵਾ ਕਰਾਂਗਾ। ਫਿਰ ਭਗਵਾਨ ਜੀ ਮੈਨੂੰ ਪੁੱਛਣ ਕਿ ਦੱਸ ਕੀ ਚਾਹੀਦਾ, ਫਿਰ ਮੈਂ ਆਪਣੀ ਮੰਗਾਂ ਦੀ ਲਿਸਟ ਰੱਖ ਦੇਵਾਂਗਾ। ਹੁਣ ਹੱਥ ਜੋੜ ਮਿੰਨਤਾਂ ਕਰੈ, ਪੈਰ ਪੈਰ ਲੈ ਬਹੁਤ ਨਾਵੈ। ਇਹਦੇ ਮਿੰਨਤਾਂ ਕਰਦੇ ਨੇ, ਹੇ ਭਗਵਾਨ ਕਿਰਪਾ ਕਰੋ, ਕਿਰਪਾ ਕਰੋ, ਭੋਗ ਲਾਓ। ਇੱਕ ਦਿਨ ਲੰਘ ਗਿਆ, ਦੋ ਦਿਨ, ਚਾਰ ਦਿਨ, ਕਹਿੰਦੇ ਹਫ਼ਤਾ ਲੰਘ ਗਿਆ। ਹੁਣ ਤਾਂ ਸਰੀਰ ਵੀ ਨਿਰਬਲ ਹੋ ਗਿਆ, ਇੰਨੇ ਦਿਨ ਭੁੱਖਿਆ, ਪਰਣ ਕਰ ਲਿਆ। ਕਹਿੰਦੇ ਜੇ ਭਗਵਾਨ ਮੇਰੇ ਗਰੀਬ ਦਾ ਪ੍ਰਸ਼ਾਦਾ ਤੁਹਾਨੂੰ ਨਹੀਂ ਪਸੰਦ, ਕੋਈ ਗੱਲ ਨਹੀਂ, ਹਉ ਵੀ ਮੂੰਹ ਨਾ ਜੁੱਠਾ ਵਸਾਂ। ਕਹਿੰਦੇ ਜੇ ਤੁਸੀਂ ਨਹੀਂ ਨਾ ਛਕਣਾ, ਛਕਣਾ ਮੈਂ ਵੀ ਨਹੀਂ, ਹਾਂ ਵੀ ਮੂੰਹ ਨਾ ਜੁੱਠਾ ਵਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੈ। ਜੇ ਤੂੰ ਰੁੱਸ ਗਿਆ ਭਗਵਾਨ, ਫਿਰ ਮੈਨੂੰ ਸੁੱਖ ਕਿੱਥੇ, ਮੈਨੂੰ ਸ਼ਾਂਤੀ ਕਿੱਥੇ, ਕਿਰਪਾ ਕਰੋ। ਫਿਰ ਕਹਿੰਦੇ ਪਰਮਾਤਮਾ ਨੇ, ਪਰਮੇਸ਼ਰ ਨੇ ਗੋਸਾਈ ਪ੍ਰਤੱਖ ਹੋਏ। ਪ੍ਰਤੱਖ ਇੱਕ ਹੁੰਦੇ ਨੇ ਸੁਪਨ ਦਰਸ਼ਨ, ਸੁਪਨੇ ਦੇ ਵਿੱਚ ਸੁਪਨ ਚਰਿੱਤਰ ਮਿੱਤਰ ਵਾਹਨ ਕਵਨੇ ਵਿਚਿੱਤਰ। ਇੱਕ ਸੁਪਨੇ ਚ ਦਰਸ਼ਨ, ਇੱਕ ਹੁੰਦੇ ਨੇ ਚਿੱਤਰ ਦਰਸ਼ਨ, ਕੋਈ ਫੋਟੋ ਦੇ ਦਰਸ਼ਨ ਕਰ ਲੈਣੇ, ਅਨੁਭਵ ਲਾ ਲੈਣਾ ਕਿ ਹਾਂ ਗੁਰੂ ਸਾਹਿਬ ਇਹੋ ਜਿਹੇ ਹੋਣਗੇ। ਇੱਕ ਸਰਵਣ ਦਰਸ਼ਨ ਕੰਨਾਂ ਦੇ ਨਾਲ ਸੁਣ ਲਿਆ, ਕਿਸੇ ਨੇ ਦੱਸ ਦਿੱਤਾ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ, ਧੰਨ ਗੁਰੂ ਕਲਗੀਧਰ ਪਾਤਸ਼ਾਹ 1708 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ 1798 ਦੇ ਵਿੱਚ ਆਇਆ।
ਉਹਨੇ ਸਭ ਤੋਂ ਪਹਿਲਾਂ ਇਹੀ ਕੀਤਾ, ਕਹਿੰਦੇ ਵੀ ਦੱਸੋ ਅਜੇ ਗੁਰੂ ਸਾਹਿਬ ਨੂੰ 100 ਸਾਲ ਵੀ ਨਹੀਂ ਹੋਇਆ, ਕੋਈ ਇਹੋ ਜਿਹਾ ਮੈਨੂੰ ਮਿਲ ਜਾਵੇ ਜਿਹਨੇ ਕਿਤੇ ਕਲਗੀਆਂ ਵਾਲੇ ਦੇ ਦਰਸ਼ਨ ਪ੍ਰਤੱਖ ਕੀਤੇ ਹੋਣ। ਢੰਡੋਰਾ ਕਰਾ ਦਿੱਤਾ ਦੇਸ਼ ਦੇ ਵਿੱਚ। ਕਹਿੰਦੇ ਫਿਰ ਇੱਕ ਬਜ਼ੁਰਗ ਮੁਸਲਮਾਨ 100 ਸਾਲ ਤੋਂ ਉੱਤੇ ਉਮਰ ਆ, 10 ਸਵਾਲ 110 ਸਾਲ ਦੀ ਉਮਰ ਆ, ਉਹਨੂੰ ਕਹਿੰਦੇ ਇੱਕ ਬੈਂਕੀ ਚ ਬਿਠਾ ਕੇ ਲੈ ਕੇ ਆਉਂਦਾ। ਕਹਿੰਦੇ ਜੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ। ਕਹਿੰਦੇ ਕਦੋਂ? ਕਹਿੰਦੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਕਿਉਂਕਿ ਗੱਲਾਂ ਗੁਰੂ ਦੀਆਂ ਕਰਨੀਆਂ ਨੇ ਨਾ, ਉਹਨੇ ਗੁਰੂ ਦੇ ਦਰਸ਼ਨ ਕਰਾਉਣੇ ਨੇ ਸਰਵਣਾਂ ਦੇ ਨਾਲ, ਕੰਨਾਂ ਦੇ ਨਾਲ ਆਪਣੀ ਤਾਕਤ ਤੇ ਬਿਠਾ ਦਿੱਤਾ। ਕਹਿੰਦੇ ਹੁਣ ਤੁਸੀਂ ਉੱਚੀ ਜਗ੍ਹਾ ਬੈਠੋ, ਮੈਂ ਥੱਲੇ ਬਹਿਣਾ। ਫਿਰ ਕਹਿੰਦੇ ਬਜ਼ੁਰਗ ਨੇ ਸਾਰੀ ਵਾਰਤਾ ਦੱਸੀ। ਕਹਿੰਦਾ ਵੀ ਮੈਂ ਉਸ ਵਕਤ ਮੈਨੂੰ ਸੋਚੀ ਆ 7 ਸਾਲ ਦਾ ਸੀ, 5-7 ਸਾਲ ਦਾ ਸੀ। ਕਹਿੰਦੇ ਜਦੋਂ ਮੈਂ ਆਨੰਦਪੁਰ ਸਾਹਿਬ ਆਪਣੇ ਪਿਤਾ ਦੇ ਨਾਲ ਗਿਆ, ਕਹਿੰਦੇ ਮੇਰਾ ਪਿਤਾ ਘੋੜਿਆਂ ਦਾ ਵਪਾਰ ਕਰਦੇ ਸਨ, ਕਲਗੀਆਂ ਵਾਲੇ ਪਾਤਸ਼ਾਹ ਨੂੰ ਘੋੜਿਆਂ ਦੇ ਨਾਲ ਬਹੁਤ ਪਿਆਰ ਸੀ। ਕਹਿੰਦੇ ਮੇਰੇ ਪਿਤਾ ਜੀਆਂ ਨੇ ਕਹਿੰਦੇ ਵਧੀਆ ਵਧੀਆ ਨਸਲ ਦੇ ਘੋੜੇ ਲਿਜਾ ਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ 'ਚ ਪੇਸ਼ ਕਰਨੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਉਹ ਘੋੜੇ ਵਧੀਆ ਵਧੀਆ ਕਹਿੰਦੇ ਖਰੀਦ ਲੈਣੇ, ਕੁਝ ਸਿੱਖਾਂ ਨੇ ਖਰੀਦ ਕੇ ਭੇਟਾ ਕਰ ਦੇਣੇ ਗੁਰੂ ਸਾਹਿਬ ਨੂੰ। ਕਹਿੰਦੇ ਉਦੋਂ ਮੈਂ ਗੁਰੂ ਸਾਹਿਬ ਦੇ ਨਾਲ, ਕਹਿੰਦੇ ਮੇਰੇ ਪਿਤਾ ਜੀ ਗੁਰੂ ਸਾਹਿਬ ਦੇ ਨਾਲ ਇੱਦਾਂ ਇੱਦਾਂ ਬਚਨ ਬਿਲਾਸ ਕਰਦੇ ਸੀ, ਇੱਦਾਂ ਗੁਰੂ ਸਾਹਿਬ ਦਾ ਤਖ਼ਤ ਲੱਗਿਆ ਹੋਇਆ, ਚੌਰ ਸਾਹਿਬ ਹੋ ਰਿਹਾ, ਇੱਦਾਂ ਕਹਿੰਦੇ ਕਿ ਸੰਗਤਾਂ ਬੈਠੀਆਂ, ਗੁਰੂ ਸਾਹਿਬ ਇੰਨਾ ਬਚਨ ਕਰਦੇ, ਮਾਨੋ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਮਿਟ ਗਈਆਂ, ਅੱਖਾਂ ਮੀਚ ਲਈਆਂ, ਅੱਖਾਂ ਚੋਂ ਜਲ ਚੱਲਦਾ, ਔਰ ਕੰਨਾਂ ਦੇ ਨਾਲ ਗੁਰੂ ਸਾਹਿਬ ਦੇ ਸਰਵਣ ਦਰਸ਼ਨ ਕਰ ਰਹੇ ਨੇ, ਸਰਵਣ ਦਰਸ਼ਨ ਕਰ ਰਹੇ ਨੇ, ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਹੋਵੇਗਾ। ਫਿਰ ਇੰਨਾ ਇਨਾਮ ਇਨਾਮ ਦਿੱਤਾ ਕਿ ਅੱਜ ਮੈਨੂੰ ਮੇਰੇ ਗੁਰੂ ਦੇ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਇਸ ਬਜ਼ੁਰਗ ਨੇ ਦਰਸ਼ਨ ਕਰਵਾ ਦਿੱਤੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਹਿੰਦੇ ਇੱਦਾਂ ਭਾਈ ਸਰਵਣ ਦਰਸ਼ਨ ਹੁੰਦੇ ਨੇ, ਪਰ ਭਗਤ ਧੰਨਾ ਜੀਆਂ ਨੂੰ ਇੱਕ ਪ੍ਰਤੱਖ ਆਹਮੋ ਸਾਹਮਣੇ ਬੈਠ ਜਾਣਾ, ਪ੍ਰਤੱਖ ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਖ਼ਤਾਂ ਦੇ ਵਿਰਾਜਮਾਨ ਨੇ, ਅੱਜ ਆਪਾਂ ਪ੍ਰਤੱਖ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਦੇ ਦਰਸ਼ਨ ਕਰ ਰਹੇ ਹਾਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹੀ ਮੁੱਖ ਲਾਵੇ, ਕਹਿੰਦੇ ਪ੍ਰਤੱਖ ਤਾਪ ਦੇ ਪਰਮਾਤਮਾ ਸਾਹਮਣੇ ਆ ਕੇ ਸੱਜ ਗਏ। ਪਹਿਲਾਂ ਤਾਂ ਆਵਾਜ਼ ਆਈ, ਕਹਿੰਦੇ ਭਗਤ ਜੀ ਤੁਹਾਡੀ ਸੇਵਾ ਪ੍ਰਵਾਨ ਹੈ, ਤੁਹਾਡੀ ਸ਼ਰਧਾ ਭਾਵਨਾ ਪ੍ਰਵਾਨ ਹੈ, ਬਸ ਤੁਸੀਂ ਸ਼ਰਧਾ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ, ਅਸੀਂ ਪ੍ਰਵਾਨ ਕਰ ਲਿਆ। ਕਹਿੰਦੇ ਨਹੀਂ, ਏਦਾਂ ਨਹੀਂ ਗੱਲ ਬਣਦੀ, ਏਦਾਂ ਪ੍ਰਵਾਨ ਕਹਿੰਦੇ ਨੇ, ਮੈਂ ਭੋਗ ਪ੍ਰਤੱਖ ਲਵਾਉਣਾ, ਮੇਰੀ ਸ਼ਰਧਾ ਮੇਰਾ ਵਿਸ਼ਵਾਸ ਹੈ, ਇੱਦਾਂ ਕਹਿੰਦੇ ਸਿੱਖ ਦੀ
ਸ਼ਰਧਾ ਹੋਵੇ, ਵਿਸ਼ਵਾਸ ਹੋਵੇ। ਜਿਨ੍ਹਾਂ ਨੇ ਭਾਈ ਸ਼ਰਧਾ ਰੱਖੀ ਆ ਗੁਰੂ ਦੇ ਉੱਤੇ, ਪਰਮਾਤਮਾ ਦੇ ਉੱਤੇ, ਉਹਨਾਂ ਦੇ ਸਤਿਗੁਰੂ ਕਿਰਪਾ ਕਰਦੇ ਨੇ। ਕਹਿੰਦੇ ਭਾਈ ਇਹਨਾਂ ਦੀ ਸ਼ਰਧਾ ਨਾ ਹੋਵੇ ਕਿਸੇ ਦੋ ਚਾਰ ਜਣੇ ਦੇ ਕਹਿਣ ਤੇ ਟੁੱਟ ਜਾਵੇ। ਸਿਦਕ ਤੇਰਾ ਇੰਨਾ ਕੱਚਾ ਨਾ ਹੋਵੇ, ਵੈਰਾਗ ਇੰਨਾ ਕੱਚਾ ਨਾ ਹੋਵੇ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕਿਛ ਪਾਇਆ।
ਭਗਤ ਧੰਨਾ ਜੀ ਨੇ ਪੱਥਰ ਚੋਂ ਰੰਗ ਪਾ ਲਿਆ। ਭਾਈ ਰੱਬ ਦਾ ਸਿਦਕ ਤੋਂ ਪੈਦਾ ਹੋਇਆ। ਜੇ ਸਿਦਕ ਰੱਖਿਆ ਨਾ ਵਿਸ਼ਵਾਸ ਰੱਖਿਆ, ਜਿਹਨਾਂ ਨੂੰ ਸਿਦਕੇ ਦੀ ਵਿਸ਼ਵਾਸ ਨਹੀਂ ਉਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਕਿਤਾਬ ਹੀ ਜਾਣਦੇ ਨੇ। ਜਦੋਂ ਸ਼ਰਧਾ ਹੀ ਨਹੀਂ ਨਾ ਵਿਸ਼ਵਾਸ ਹੈਗੇ, ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਸਦ ਸੁਣਦੇ ਨੇ, ਸਦ ਵੇਖਦੇ ਬੋਲਦੇ ਨੇ। ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਬਾਣੀ ਜਦੋਂ ਬਾਣੀ ਪੜ੍ਹਦੇ ਆ ਨਾ, ਪੜ੍ਹਨ ਵਾਲਾ ਨਹੀਂ ਨਾ ਬੋਲ ਰਿਹਾ, ਉਹ ਗੁਰੂ ਸਾਹਿਬ ਬੋਲ ਰਹੇ ਨੇ, ਗੁਰੂ ਦੀ ਬਾਣੀ ਬੋਲ ਰਹੀ ਆ। ਉਹ ਤਾਂ ਇੱਕ ਸੁਣਾ ਰਿਹਾ ਗੁਰੂ ਦਾ ਉਪਦੇਸ਼, ਗੁਰੂ ਦਾ ਸੰਦੇਸ਼। ਜਿਵੇਂ ਕੋਈ ਵਿਦੇਸ਼ਾਂ ਦੇ ਵਿੱਚੋਂ ਚਿੱਠੀ ਆਵੇ, ਕਿਸੇ ਨੂੰ ਪੜ੍ਹਦੀ ਨਾ ਆਵੇ, ਇਹ ਤਾਂ ਕਹਿੰਦੇ ਵੀ ਕਿਸੇ ਦਾ ਪਤੀ ਬਾਹਰ ਗਿਆ ਹੋਇਆ ਦੂਰ, ਉਹ ਚਿੱਠੀ ਲਿਖਦਾ ਆਪਣੀ ਪਤਨੀ ਨੂੰ ਸੰਬੋਧਨ ਹੋ ਕੇ। ਹੁਣ ਉਹਨੂੰ ਪੜ੍ਹਦੀ ਨਹੀਂ ਆ ਰਹੀ, ਉਹ ਕਿਸੇ ਤੋਂ ਪੜ੍ਹਾਉਣ ਜਾਂਦੀ ਆ। ਹੁਣ ਉਹ ਪੜ੍ਹਾਉਣ ਚਿੱਠੀ ਸੁਣਾਉਣ ਵਾਲਾ ਜਿਵੇਂ ਜਿਵੇਂ ਲਿਖਿਆ ਹੋਇਆ ਉਦਾਂ ਉਦਾਂ ਬੋਲ ਰਿਹਾ। ਹੁਣ ਸੁਣਨ ਵਾਲੀ ਉਹ ਬੀਬੀ ਦੇ ਧਿਆਨ ਦੇ ਵਿੱਚ ਆਪਣਾ ਧਿਆਨ ਆਪਣੇ ਪਤੀ ਵੱਲ ਜਾ ਰਿਹਾ ਵੀ ਦੇਖੋ ਮੈਨੂੰ ਕਿੰਨੇ ਪਿਆਰ ਦੇ ਬੋਲ ਲਿਖ ਰਹੇ ਨੇ, ਕਿੰਨੇ ਪਿਆਰ ਦੇ ਨਾਲ ਮੈਨੂੰ ਸੁਨੇਹਾ ਭੇਜਿਆ, ਸੰਦੇਸ਼ ਭੇਜਿਆ। ਉਹਦੇ ਹੋਰ ਲਖਨੁਦਰ ਲੱਗ ਜਾਂਦੀ ਹੈ। ਤਾਂ ਭਾਈ ਸੁਣਾਉਣ ਵਾਲਾ ਆਪ ਵੀ ਬੋਲ ਰਿਹਾ। ਸਤਿਗੁਰੂ ਤਾਂ ਕਹਿੰਦੇ ਅਸੀਂ ਵੀ ਆਪ ਨੇ ਲਿਖਿਆ ਹੋ, ਆਪੋ ਬੋਲ ਨਾ ਜਾਣਦਾ। ਮੈਂ ਕਹਿਆ ਸਭ ਹੁਕਮ ਆਓ ਜੀਓ, ਜੋ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਵੱਲੋਂ ਹੁਕਮ ਆਇਆ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੋ ਗੁਰੂ ਦਾ ਪਰਮੇਸ਼ਵਰ ਦਾ ਪਰਮਾਤਮਾ ਦਾ ਹੁਕਮ ਆਇਆ ਕਹਿੰਦੇ ਉਹ ਲਿਖਿਆ। ਉਹ ਅੱਗੇ ਸਰਬੱਤ ਦੇ ਭਲੇ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜਿਸ ਵਿੱਚ 15 ਭਗਤ, 11 ਭੱਟ, ਗੁਰਸਿੱਖਾਂ ਦੀ ਬਾਣੀ, ਸਾਰੀ ਬਾਣੀ ਇੱਕੋ ਹੀ ਸੰਦੇਸ਼ ਦਿੰਦੀ ਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪਰਮਾਤਮਾ ਦਾ। ਪਰਮਾਤਮਾ ਦੇ ਨਾਮ ਦੀ ਮਹਿਮਾ, ਵਾਹਿਗੁਰੂ ਦੀ ਮਹਿਮਾ। ਇੱਕੋ ਇੱਕ ਹੁਣ ਭਗਤ ਧੰਨਾ ਜੀ ਦਾ, ਜਿਹਦਾ ਭਾਈ ਇਹੋ ਜਿਹੇ ਪ੍ਰਤੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵਿਸ਼ਵਾਸ ਨਹੀਂ ਨਾ ਬਣਿਆ, ਉਹਦਾ ਕਿਤੇ ਵੀ ਨਹੀਂ ਬਣ ਸਕਦਾ। ਜਿਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਭਰੋਸਾ ਨਹੀਂ ਆਇਆ, ਸਿਦਕ ਨਹੀਂ ਆਇਆ, ਉਹਦਾ ਹੋਰ ਨਹੀਂ ਕਿਤੇ ਬਣਨਾ। ਇਸ ਕਰਕੇ ਸਿਦਕ ਵਾਲਿਆਂ ਦੇ ਵੇੜੇ ਪਾਰ ਹੁੰਦੇ ਨੇ। ਗੁਰਸਿੱਖੀ ਦਾ ਰਸਤਾ ਇਹੋ ਜਿਹਾ, ਜਿਹਨਾਂ ਨੇ ਸਿਦਕ ਰੱਖਿਆ, ਵਿਸ਼ਵਾਸ ਰੱਖਿਆ, ਗੁਰੂ ਤੇ ਭਰੋਸਾ ਰੱਖਿਆ। ਭਗਤ ਧੰਨਾ ਜੀਆਂ ਦਾ ਸਿਦਕ ਸੀ ਪਰਮਾਤਮਾ ਦੇ ਉੱਤੇ, ਵਾਹਿਗੁਰੂ ਦੇ ਉੱਤੇ। ਉਹਦੀ ਭਗਤੀ ਕਰਦਾ ਸੀ ਕਿ ਵਾਹਿਗੁਰੂ ਉਹ ਇੱਕ ਠਾਕੁਰ ਜਰੀਆ ਬਣ ਗਿਆ, ਉਹਦਾ ਵਿਸ਼ਵਾਸ ਰੱਬ ਕਰਕੇ ਪੂਜ ਰਿਹਾ ਕਿ ਪਰਮਾਤਮਾ ਪਰਮਾਤਮਾ ਫਿਰ ਪ੍ਰਗਟ ਵੀ ਹੋਏ। ਵਾਹਿਗੁਰੂ ਪ੍ਰਤੱਖ ਗੁਰਬਾਣੀ ਦੇ ਵਿੱਚ ਫਰਮਾਨ ਹੈ, ਇਹ ਜਿਹੜਾ ਸ਼ਰਧਾ ਬਣ ਜਾਣੀ, ਵਿਸ਼ਵਾਸ ਬਣ ਜਾਣਾ, ਇੰਨਾ ਸੌਖਾ ਨਹੀਂ। ਪੰਚਮ ਪਾਤਸ਼ਾਹ ਮਹਾਰਾਜ ਲਿਖਦੇ ਨੇ, ਕਹਿੰਦੇ ਭਗਤ ਧੰਨਾ ਜੀਆਂ ਦਾ ਵਿਸ਼ਵਾਸ ਕਿਵੇਂ ਬਣਿਆ, ਸਿਦਕ ਕਿਵੇਂ ਬਣਿਆ।
ਕੱਲਾ ਇਹ ਨਹੀਂ ਕਿ ਪੰਡਿਤ ਜੀ ਨੂੰ ਦੇਖ ਲਿਆ ਵੀ ਕਿਵੇਂ ਪੂਜਾ ਕਰਦੇ ਨੇ, ਜਨਮਾਂ ਜਨਮਾਂਤਰਾਂ ਦੀ ਕਮਾਈ ਸੀ। ਕਿਸੇ ਸਮੇਂ ਕਹਿੰਦੇ ਭਗਤ ਜੀਆਂ ਦੇ ਮਨ ਵਿੱਚ ਵੀ ਸੂਖਸ਼ਮ ਹਉਮੈ ਆ ਗਈ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਣ ਦੇ ਲਈ ਲੋਕੀ ਧੋਣੀਆਂ ਤਾਪਦੇ ਨੇ, ਪੁੱਠੇ ਲਮਕਦੇ ਨੇ, ਕੋਈ ਕੁੱਝ ਕਰ ਲਿਆ, ਕਹਿੰਦੇ ਮੈਨੂੰ ਕੁੱਝ ਦਿਨ ਦੇ, ਕੁੱਝ ਦਿਨ ਦਾ ਭਰੋਸਾ ਸਿਦਕ ਰੱਖਣ ਦੇ ਨਾਲ ਮਿਲ ਗਿਆ। ਕਹਿੰਦੇ ਫਿਰ ਵਾਹਿਗੁਰੂ ਪਰਮੇਸ਼ਰ ਨੇ 100 ਜਨਮ ਤੱਕ ਭਗਤ ਧੰਨਾ ਜੀਆਂ ਨੂੰ ਪਿਛਲੇ ਦਿਖਾ ਦਿੱਤੇ। ਕਹਿੰਦੇ ਤੇਰਾ ਸਿਦਕ, ਤੇਰਾ ਭਰੋਸਾ, ਤੇਰਾ ਵਿਸ਼ਵਾਸ ਐਵੇਂ ਨਹੀਂ ਸੀ ਬਣ ਗਿਆ, ਵੇਖ ਕਿਤੇ ਕਿਸੇ ਜਨਮ ਦੇ ਵਿੱਚ ਤੂੰ ਕਿਵੇਂ ਤਪੱਸਿਆ ਕਰ ਰਿਹਾ, ਭਗਤੀ ਕਰ ਰਿਹਾ। ਤੇਰੀ ਜਨਮਾਂ ਜਨਮਾਂਤਰਾਂ ਦੀ ਕਮਾਈ ਇਕੱਠੀ ਹੋ ਕੇ ਫਿਰ ਅੱਜ ਲੇਖੇ ਵਿੱਚ ਪਈ ਆ, ਅੱਜ ਪ੍ਰਮਾਣ ਹੋਈ ਆ, ਅੱਜ ਇਹ ਭਗਤੀ ਦੇ ਸਦਕਾ ਮੇਰੀ ਵਾਂਦੀ ਭਗਤ ਛਡਾਵੈ। ਵੰਦ ਹੈ ਭਗਤ ਨਾ ਛੂਟੇ ਮੋਹੇ, ਏਕ ਸਮੇਂ ਮੁਕਤ ਹੋ ਗਿਆ ਵੰਦ ਹੈ ਤਾਂ ਮਨ ਮੋਪੈ। ਕਹਿੰਦੇ ਐਵੇਂ ਨਹੀਂ ਰੱਬ ਦੇ ਪਿਆਰੇ ਭਗਤ ਜਨ ਪਰਮਾਤਮਾ ਨੂੰ ਵੀ ਆਪਣੇ ਪ੍ਰੇਮ ਦੇ ਬੰਧਨ, ਹਮ ਪ੍ਰੇਮ ਬੰਧਨ ਤੁਮ ਵਾਧੇ, ਆਪਣੇ ਛੁੱਟਣ ਕੋ ਯਤਨ ਕਰੋ, ਹਮ ਛੁੱਟੈ ਤੁਮਾਰੇ। ਰੱਬ ਦੇ ਪਿਆਰਿਆਂ ਨੇ, ਭਗਤਾਂ ਨੇ ਕਹਿੰਦੇ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਪਰਮੇਸ਼ਵਰ ਨੂੰ, ਭਗਵਾਨ ਨੂੰ ਆਪਣੇ ਸਿਦਕ ਦੇ ਜ਼ਰੀਏ, ਆਪਣੀ ਕਮਾਈ ਦੇ ਜ਼ਰੀਏ ਵਸ ਕਰਦੇ ਆ। ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ
ਪੰਜਵੇਂ ਪਾਤਸ਼ਾਹ ਲਿਖਦੇ ਨੇ ਕਹਿੰਦੇ ਭਗਤ ਜੀਆਂ ਦੀ ਸ਼ਰਧਾ ਵਿਸ਼ਵਾਸ ਐਵੇਂ ਨੀ ਰੱਬ ਮਿਲ ਗਿਆ ਗੋਬਿੰਦ 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 ਸੰਗ ਨਾਮ ਦੇ ਮਨ ਨੀੜਾ ਪਹਿਲਾਂ ਹੋਏ ਰੱਬ ਦੇ ਪਿਆਰੇ ਭਗਤ ਜਨਾਂ ਨੂੰ ਕਹਿੰਦੇ ਭਗਤ ਨਾਮ ਦੇਵ ਜੀਆਂ ਦਾ ਜੀਵਨ ਦੇਖਿਆ ਭਗਤ ਨਾ ਜੀਆਂ ਨੇ ਕਹਿੰਦੇ ਪਰਮਾਤਮਾ ਦੀ ਭਗਤੀ ਕੀਤੀ ਆਡ ਧਾਮ ਕੁਛ ਇੱਪਰ ਹੋਇਓ ਲੱਗਣਾ ਕਹਿੰਦੇ ਜਿਹਨੂੰ ਦੁਨੀਆਂ ਦੇ ਵਿੱਚ ਕੋਈ ਨੀ ਸੀ ਪੁੱਛਦਾ ਉਹ ਵੀ ਲੱਖਾਂ ਦੇ ਪਿਆਰੇ ਬਣ ਗਏ ਏਦਾਂ ਕਹਿੰਦੇ ਅੱਗੇ ਦੱਸਦੇ ਨੇ ਬੁਰਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਕਹਿੰਦੇ ਭਗਤ ਕਬੀਰ ਜੀ ਨੇ ਉਹ ਵੀ ਪ੍ਰੀਤੀ ਕੀਤੀ ਪਰਮਾਤਮਾ ਦੇ ਨਾਲ ਨੀਚ ਪੁੱਲਾਂ ਜੁਗਾਰੋ ਭਇਓ ਗੁਣੀ ਗਹੀਰਾ ਜਿਹਨੂੰ ਲੋਕ ਨੀਚ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ ਲੋਕ ਹੱਸਦੇ ਸਨ ਪਰ ਕਹਿੰਦੇ ਪਰਮਾਤਮਾ ਦੀ ਭਗਤੀ ਕਰਨ ਦਾ ਸਦਕਾ ਉਹ ਨੀਚ ਗੁਣਾ ਜੋ ਰਾਹਾਰਾ ਭਇਓ ਗੁਣੀ ਗਹੀਰਾ ਅੱਗੇ ਗੱਲ ਰਵਿਦਾਸ ਜੀ ਦੀ ਕਰਦੇ ਨੇ ਰਵਿਦਾਸ ਤੋਂ ਅੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਏਡੇ ਮਾਇਆ ਦੇ ਤਿਆਗੀ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਭਗਤ ਰਵਿਦਾਸ ਜੀ ਇਸ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਅੱਗੇ ਸੈਣ ਨਾਈ ਦੀ ਗੱਲ ਭਗਤ ਧੰਨਾ ਜੀ ਕਰਦੇ ਨੇ ਕਹਿੰਦੇ ਸੈਣ ਨਾਈ ਨੁਤਕਾਰੀ ਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਉਹਦੇ ਹਿਰਦੇ ਵਿੱਚ ਵਸ ਗਿਆ ਭਗਤਾਂ ਮਹਿ ਤਨਿਆ ਉਹਦੀ ਗਿਣਤੀ ਵੀ ਰੱਬ ਦੇ ਪਿਆਰਿਆਂ ਦੇ ਵਿੱਚ ਭਗਤਾਂ ਦੇ ਵਿੱਚ ਆ ਗਈ ਇਹ ਵਿਧ ਸੁਣ ਕੇ ਜਾਟ ਰੋ ਵੇਖਿਆ ਕਿ ਇਹਨਾਂ ਭਗਤਾਂ ਨੇ ਰੱਬ ਨੂੰ ਪਾ ਲਿਆ ਪਰਮੇਸ਼ਵਰ ਨੂੰ ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਪਰਮਾਤਮਾ ਦੀ ਭਗਤੀ ਕਰਨ ਲੱਗੇ ਮਿਲੇ ਪ੍ਰਤੱਖ ਗੁਸਾਈਆਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਦਰਸ਼ਨ ਕਰਕੇ ਪ੍ਰਤੱਖ ਇਹ ਨੀ ਕਿ ਸੁਪਨ ਦਰਸ਼ਨ ਚਰਿੱਤਰ ਦਰਸ਼ਨ ਜਾਂ ਸਰਵਣ ਦਰਸ਼ਨ ਨੀ ਪ੍ਰਤੱਖ ਸਾਹਮੋ ਸਾਹਮਣੇ ਬੈਠ ਕੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡੇ ਭਾਗਾਂ ਵਾਲਾ ਬਣ ਗਿਆ ਵੱਡਿਆਂ ਭਾਗਾਂ ਵਾਲਾ ਭਗਤ ਧੰਨਾ ਜੀਆਂ ਦਾ ਵਿਸ਼ਵਾਸ ਭਗਤ ਧੰਨਾ ਜੀਆਂ ਦਾ ਇਹੋ ਜਿਹਾ ਸਿਰਕ ਸੀ ਉਹਨਾਂ ਦੀ ਆਪਣੀ ਬਾਣੀ ਦੇ ਵਿੱਚੋਂ ਉਹ ਲਿਖਦੇ ਨੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਰੇ ਚਿਤ ਚੀਤ ਸਕੀ ਨਾ ਦਿਆਲ ਦਮੋਦਰ ਵਿਵਹਿ ਨਾ ਜਾਣ ਸਕੋਈ ਕਹਿੰਦੇ ਉਸ ਮਾਲਕ ਪਰਮੇਸ਼ਰ ਪਰਮਾਤਮਾ ਨੂੰ ਕਹਿੰਦੇ ਉਹ ਐਡੇ ਦਇਆ ਦੇ ਘਰ ਪਰਮਾਤਮਾ ਹਨ ਕਹਿੰਦੇ ਉਹਨਾਂ ਨੂੰ ਤੂੰ ਕਿਉਂ ਨਹੀਂ ਭਾਈ ਸਿਮਰਦਾ ਹੇ ਇਨਸਾਨ ਵੇਖੀ ਕਿਤੇ ਉਸ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਨਾ ਦਰ ਤੇ ਚਲੇ ਜਾਈ ਰੇ ਚਿਤ ਚੇਤ ਸਕੀ ਨਾ ਦਿਆਲ ਦਮੋਦਰ ਵਿਵਹਿ ਨਾ ਜਾਣ ਸਕੋਈ ਕਹਿੰਦੇ ਹੋਰ ਨਾ ਕਿਸੇ ਨੂੰ ਰੱਬ ਬਣਾ ਬੈਠੀ ਪਰਮਾਤਮਾ ਤੋਂ ਬਿਨਾਂ ਜੋ ਧਾਵੈ ਬ੍ਰਹਮੰਡ ਖੰਡ ਕਹਿੰਦੇ ਜੋ ਧਾਵੈ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ ਕਹਿੰਦੇ ਜੋ ਵੀ ਪਰਮੇਸ਼ਵਰ ਪਰਮਾਤਮਾ ਦੇ ਖੰਡਾ ਬ੍ਰਹਮੰਡਾ ਦੇ ਮਾਲਕ ਹਨ ਉਹ ਸਭ ਕਰਤਾ ਪੁਰਖ ਕਰਨ ਹਾਰ ਨੇ ਵੇਖੋ ਉਹਦੀ ਲੀਲਾ ਪਰਮਾਤਮਾ ਦੀ ਕਹਿੰਦੇ ਜਨਮੀ ਮੇਰੇ ਕੁਦਰ ਕੁਦਕ ਮੈਂ ਪਿੰਡ ਕੀ ਆਦਸ ਦੁਆਰਾ ਕਹਿੰਦੇ ਵੇਖ ਪਰਮਾਤਮਾ ਦੀ ਖੇਡ ਜਨਨੀ ਕਹਿੰਦੇ ਨੇ ਮਾਤਾ ਨੂੰ ਜਨਮੀ ਕੇਰੇ ਉਦਰ ਉਦਰ ਕਹਿੰਦੇ ਨੇ ਪੇਟ ਨੂੰ ਕਹਿੰਦੇ ਮਾਤਾ ਦੇ ਉਦਰ ਦੇ ਵਿੱਚ
ਕਹਿੰਦੇ ਵੇਖ ਪਰਮੇਸ਼ਰ ਦੀ ਖੇਡ ਪਿੰਡ, ਕਹਿੰਦੇ ਨੇ ਸਰੀਰ ਨੂੰ ਪਿੰਡ ਕੀ ਆ ਦੱਸ ਦੁਆਰਾ ਇਹ ਸਰੀਰ ਪਰਮਾਤਮਾ, ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਖੇਡ ਵੇਖ, ਉਹ ਪਰਮਾਤਮਾ ਦਾ ਇਹ ਸਰੀਰ ਦਾ ਆਕਾਰ ਬਣਾ ਦਿੱਤਾ। ਦੇ ਆਹਾਰ ਅਗਨ ਮਹਿਰਾਖ, ਕਹਿੰਦੇ ਪਰਮਾਤਮਾ ਦੇਖ, ਕਹਿੰਦੇ ਮਾਤਾ ਦੇ ਉਧਰ ਜਠਰ ਅਗਨ ਦੇ ਵਿੱਚ ਵੀ ਆਹਾਰ ਦੇ ਰਿਹਾ। ਐਸਾ ਖਸਮ ਹਮਾਰਾ, ਕਹਿੰਦੇ ਇਹੋ ਜਿਹਾ ਪਰਮਾਤਮਾ, ਦੇ ਆਹਾਰ ਅਗਨ ਮਹਿਰਾਖ, ਐਸਾ ਖਸਮ ਹਮਾਰਾ। ਵੇਖ, ਕਹਿੰਦੇ ਪਰਮਾਤਮਾ ਦੀ ਤੂੰ ਹੋਰ ਪ੍ਰਤੱਖ ਖੇਡ ਵੇਖਣੀ ਆ। ਭਗਤ ਧੰਨਾ ਜੀ ਕਹਿੰਦੇ, ਕਹਿੰਦੇ ਕੁੰਮੀ ਜਲ ਮਹਿ, ਕੁੰਮੀ ਕਹਿੰਦੇ ਨੇ ਕੱਛੂ ਕੁੰਮੀ ਨੂੰ, ਜਾਨਵਰ ਇਹ ਕਹਿੰਦੇ ਪਾਣੀ ਦੇ ਵਿੱਚ ਰਹਿਣ ਵਾਲਾ ਇਹ ਪੰਛੀ ਹੈ, ਇਹ ਕੁੰਮੀ ਜਲ ਮਹਿ, ਕਹਿੰਦੇ ਜਲ ਦੇ ਵਿੱਚ ਰਹਿੰਦੀ ਆ ਕੱਛੂ ਕੁੰਮੀ। ਤਨ ਤਿਸ ਬਾਹਰ, ਜਦੋਂ ਇਹਨੇ ਆਂਡੇ ਦੇਣੇ ਨੇ, ਕਹਿੰਦੇ ਬਾਹਰ ਬਰੀਤੀ ਚ ਦੇ ਕੇ ਆਉਂਦੀ ਆ ਪਾਣੀ ਤੋਂ ਬਾਹਰ ਨਿਕਲ ਕੇ। ਕੁੰਮੀ ਜਲ ਮਹਿ, ਤਨ ਤਿਸ ਬਾਹਰ, ਪੰਖ ਖੀਰ ਦਿਨ ਨਾਹੇ, ਕਹਿੰਦੇ ਵੇਖੋ ਆਂਡੇ ਬਾਹਰ ਦੇ ਕੇ ਬਰੀਤੀ ਚ ਆਪ ਫਿਰ ਪਾਣੀ ਚਾ ਕੇ ਵੜ ਜਾਂਦੀ ਆ। ਉਹ ਅੰਡਿਆਂ ਦਾ ਰਾਖਾ ਪਰਮਾਤਮਾ ਬਣਦਾ ਪਾਪ, ਕਿਵੇਂ ਸਮਾਂ ਪੈ ਕੇ ਉਹ ਅੰਡਿਆਂ ਚੋਂ ਬੱਚੇ ਨਿਕਲਦੇ ਨੇ। ਕਹਿੰਦੇ ਉਹ ਬੱਚਿਆਂ ਨੂੰ ਨਹੀਂ, ਤਕਰੀਬਨ ਹਰ ਇੱਕ ਪਸ਼ੂ ਪੰਛੀ ਦੇ ਬੱਚਿਆਂ ਦੇ ਲਈ ਖੁਰਾਕ, ਜਾਂ ਤਾਂ ਉੱਡਣ ਵਾਲੇ ਪੰਛੀ ਪੰਖਾਂ ਦੇ ਨਾਲ ਉੱਡ ਕੇ ਲਿਆ ਕੇ ਬੱਚਿਆਂ ਨੂੰ ਖੁਰਾਕ ਖਿਲਾਉਂਦੇ ਨੇ, ਜਾਂ ਜਨਮ ਤੋਂ ਪਹਿਲਾਂ ਦੁੱਧ ਪਰਮਾਤਮਾ ਪੈਦਾ ਕਰ ਦਿੰਦਾ। ਕਹਿੰਦੇ ਪਰ ਇਹ ਕੱਛੂ ਕੁੰਮੀ ਦੇ ਲਈ, ਕਹਿੰਦੇ ਉਹ ਬੱਚਿਆਂ ਦੇ ਲਈ ਕੋਈ ਆਹਾਰ ਨਹੀਂ। ਕੁੰਮੀ ਜਲ ਮਹਿ, ਤਨ ਤਿਸ ਬਾਹਰ, ਪੰਖ ਖੀਰ ਦਿਨ ਨਾਹੇ, ਖੀਰ ਕਹਿੰਦੇ ਨੇ ਮਾਂ ਦੇ ਦੁੱਧ ਨੂੰ। ਕਹਿੰਦੇ ਨਾ ਤਾਂ ਭਾਈ ਉਸ ਟਾਈਮ ਉਹਨਾਂ ਬੱਚਿਆਂ ਲਈ ਕੋਈ ਦੁੱਧ ਦਾ ਪ੍ਰਬੰਧ ਹੈ, ਨਾ ਉਹਨਾਂ ਨੂੰ ਪੰਖੇ ਨੇ ਵੀ ਉੱਡ ਕੇ ਕਿਤੇ ਜਾ ਕੇ ਖਾ ਲੈਣਗੇ। ਵੇਖ ਪਰਮਾਤਮਾ ਦੀ ਖੇਡ, ਉਹ ਕਿਵੇਂ ਪੜਦੇ ਨੇ। ਸਿਰਫ ਤੇ ਸਿਰਫ ਇੱਕ ਉਹ ਕਹਿੰਦੇ ਜਲ ਦੇ ਵਿੱਚ ਕੁੰਮੀ ਧਿਆਨ ਧਰਦੀ ਆ, ਧਿਆਨ ਦੇ ਜ਼ਰੀਏ ਧਿਆਨ ਧਰਦੀ ਆ ਆਪਣੇ ਆਂਡਿਆਂ ਦਾ। ਉਹ ਧਿਆਨ ਦੀ ਖਿੱਚ ਦੇ ਨਾਲ ਬੱਚੇ ਆਂਡਿਆਂ ਚੋਂ ਨਿਕਲਦੇ ਨੇ, ਫਿਰ ਉਹ ਖਿੱਚ ਦੇ ਨਾਲ ਬੱਚੇ ਹੌਲੀ ਹੌਲੀ ਉੜ ਕੇ ਪਾਣੀ ਤੱਕ ਪਹੁੰਚ ਜਾਂਦੇ ਨੇ। ਬੋਲੋ ਸਤਨਾਮ ਸ੍ਰੀ ਗੁਰੂ। ਉਹਦਾ ਫਿਰ ਕੁੰਮੀ ਦਾ ਮਿਲਾਪ ਹੋ ਜਾਂਦਾ ਕੱਛੂ ਕੁੰਮੀ ਦਾ। ਕਹਿੰਦੇ ਏਦਾਂ ਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੇ, ਕਹਿੰਦੇ ਉਸ ਮਾਲਕ ਨੂੰ ਵਾਹਿਗੁਰੂ ਨੂੰ ਆਪਣੇ ਅੰਦਰ ਵਿਚਾਰ ਕੇ ਵੇਖਿਆ ਕਰ। ਭਗਤ ਧੰਨਾ ਜੀ ਕਹਿੰਦੇ ਉਹ ਪੂਰਨ ਪਰਮਾਨੰਦ, ਉਹਦੀ ਖੇਡ ਦੇਖ ਕਿਵੇਂ ਆ। ਅੱਗੇ ਉਦਾਹਰਣ ਦਿੰਦੇ ਨੇ, ਕਹਿੰਦੇ ਪਾਖਾਣ ਕੀਟ, ਪਾਖਾਣ ਕਹਿੰਦੇ ਨੇ ਪੱਥਰ ਨੂੰ, ਪਖਾਣ ਕੀਟ ਗੁਪਤ ਹੋਏ ਰਹਿੰਦਾ ਤਾਂ ਜੋ ਮਾਰਗ ਨਾਹੀਂ। ਕਹਿੰਦੇ ਕੁਝ ਪੱਥਰ ਇਹੋ ਜਿਹੇ ਹੁੰਦੇ ਨੇ, ਪੱਥਰ ਇਹੋ ਜਿਹੇ ਹੁੰਦੇ ਨੇ, ਕਹਿੰਦੇ ਜਦੋਂ ਕਦੇ ਉਹ ਪੱਥਰ ਨੂੰ ਭੰਨਦੇ ਨੇ ਉਹਦੇ ਵਿੱਚੋਂ ਛੋਟੇ ਛੋਟੇ ਜੀ ਨਿਕਲ ਆਉਂਦੇ ਨੇ। ਭਗਤ ਧੰਨਾ ਜੀ ਵੀ ਉਦਾਹਰਣ ਦਿੰਦੇ ਨੇ, ਭਗਤ ਪੂਰਨ ਜੀ ਆਪਣੀ ਲਿਖਤੀ ਦੇ ਵਿੱਚ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਲਿਖਦੇ ਨੇ, ਕਹਿੰਦੇ ਅਸੀਂ ਰੋਡ ਤੇ ਤੁਰੇ ਜਾਂਦੇ ਹਾਂ, ਕਹਿੰਦੇ ਮਜ਼ਦੂਰ ਲੱਗੇ ਨੇ ਵੱਡੇ ਵੱਡੇ ਪੱਥਰਾਂ ਨੂੰ ਭੰਨ ਰਹੇ ਨੇ, ਸਾਡੇ ਸਾਹਮਣੇ ਇੱਕ ਪੱਥਰ ਭੰਨਿਆ, ਕਹਿੰਦੇ ਉਹਦੇ ਵਿੱਚੋਂ ਵਿਚਕਾਰ ਕਹਿੰਦੇ ਥੋੜ੍ਹੀ ਜਿਹੀ ਜਗ੍ਹਾ
ਖਾਲੀ ਜਿਹਦੇ ਵਿੱਚ ਕਹਿੰਦੇ ਥੋੜੇ ਜਿਹੇ ਜੀਵ ਨੇ ਔਰ ਥੋੜਾ ਜਿਹਾ ਕੁਝ ਏਦਾਂ ਲੱਗਦਾ ਜਿਵੇਂ ਕੋਈ ਉਹਨਾਂ ਦੀ ਖੁਰਾਕ ਪਈ ਹੁੰਦੀ ਆ, ਪਰ ਰਸਤਾ ਕੋਈ ਨਹੀਂ। ਕਹਿੰਦੇ ਅਸੀਂ ਧਿਆਨ ਦੇ ਨਾਲ ਪੱਥਰ ਫੜ ਕੇ ਦੇਖਿਆ, ਫਿਰ ਕਹਿੰਦੇ ਉਸ ਮਾਲਕ ਵਾਹਿਗੁਰੂ ਪਰਮਾਤਮਾ ਦੀ ਇਹ ਅਸਚਰਜ ਖੇਡ ਵੱਲ ਧਿਆਨ ਗਿਆ ਭਗਤ ਧੰਨਾ ਜੀਆਂ ਦੇ ਇਸ ਸ਼ਬਦ ਵੱਲ, ਪਾਖਾਣ ਕੀਟ ਗੁਪਤ ਹੋਏ ਰਹਿਤਾ ਤਾਂ ਜੋ ਮਾਰਗ ਨਾਹੀ। ਕਹਿੰਦੇ ਉਹਦੇ ਵਿੱਚ ਕੋਈ ਰਸਤਾ ਵੀ ਨਹੀਂ, ਕੋਈ ਮਾਰਗ ਵੀ ਨਹੀਂ, ਪਰ ਉਹ ਕਿਵੇਂ ਬੱਚੇ ਉਹਦੇ ਵਿੱਚ ਪੈਦਾ ਹੋਏ, ਕਿਵੇਂ ਉਹ ਜੀਵ ਪੈਦਾ ਹੋਏ, ਕਿਵੇਂ ਉਹਨਾਂ ਦੀ ਖੁਰਾਕ ਗਈ। ਕਹਿੰਦੇ ਉਸ ਮਾਲਕ ਦੇ ਸ਼ੁਕਰਾਨਾ ਕੀਤਾ, ਹੇ ਇਨਸਾਨ ਹੇ ਬੰਦਿਆ, ਤੂੰ ਆਪਣੀ ਰੋਜੀ ਦਾ ਫਿਕਰ ਕਰਦਾ, ਵੇਖ ਉਸ ਮਾਲਕ ਨੇ ਪਰਮਾਤਮਾ ਨੇ ਪੱਥਰ ਦੇ ਵਿੱਚ ਵੀ ਰੋਜੀ ਦੇ ਰਿਹਾ, ਬੋਲੋ ਸਤਨਾਮ। ਉਹ ਪਰਮਾਤਮਾ ਵਾਹਿਗੁਰੂ ਤੂੰ ਉਸ ਮਾਲਕ ਦੇ ਸਿਰ ਤੇ ਰੱਖਿਆ ਕਰ। ਉਹ ਤਾਂ ਪੱਥਰਾਂ ਚ ਜੀਵਾਂ ਨੂੰ ਵੀ ਪਾਲਦਾ, ਤੈਨੂੰ ਕਿਉਂ ਨਾ ਪਾਲਣ ਬੰਦੇ। ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਸਭ ਦਾ ਫਿਕਰ ਹੈ। ਐਵੇਂ ਨਹੀਂ ਸੀ ਭਗਤ ਧੰਨਾ ਜੀਆਂ ਦੀ ਬਾਣੀ ਚੋਂ ਉਹਨਾਂ ਦੇ ਸਿਦਕ, ਉਹਨਾਂ ਦਾ ਭਰੋਸਾ, ਉਹਨਾਂ ਦਾ ਵਿਸ਼ਵਾਸ ਝਲਕ ਰਿਹਾ। ਜਿਹਨਾਂ ਨੂੰ ਇੰਨਾ ਵਿਸ਼ਵਾਸ ਹੋਵੇ ਪਰਮਾਤਮਾ ਦੇ ਉੱਤੇ, ਫਿਰ ਰੱਬ ਪ੍ਰਗਟ ਕਿਉਂ ਨਹੀਂ ਹੋਵੇਗਾ, ਬੋਲੋ ਸਤਨਾਮ। ਇੰਨਾ ਵਿਸ਼ਵਾਸ ਐਵੇਂ ਨਹੀਂ ਭਗਤ ਧੰਨਾ ਜੀਆਂ ਦੇ ਨੱਕੇ ਵੀ ਛੱਡੇ, ਖੂਹ ਵੀ ਚਲਾਇਆ,
ਸਾਰੇ ਕੰਮ ਕੀਤੇ। ਕਹਿੰਦੇ ਭਗਤ ਧੰਨਾ ਜੀਆਂ ਨੂੰ ਪੰਡਿਤ ਤਰਲੋਚਨ ਜੀ ਮਿਲਣ ਜਾਂਦੇ ਨੇ, ਕਹਿੰਦੇ ਇੱਛਾ ਤਾਂ ਮੇਰੀ ਵੀ ਆ, ਮੈਂ ਮੂਰਤੀਆਂ ਦੇ ਦਰਸ਼ਨ ਜ਼ਰੂਰ ਕਰਦਾ, ਮੈਂ ਭੋਗ ਵੀ ਚੜਾਉਣਾ, ਕਿਤੇ ਮੈਨੂੰ ਵੀ ਰੱਬ ਮਿਲ ਜਾਵੇ। ਕਹਿੰਦੇ ਭਗਤ ਜੀਆਂ ਨੂੰ ਕਹਿੰਦੇ ਨੇ ਭਗਤ ਧੰਨਾ ਜੀ, ਸੁਣਿਆ ਲੋਕੀ ਕਹਿੰਦੇ ਨੇ ਭਗਤ ਧੰਨਾ ਜੀਆਂ ਦੇ ਸਾਰੇ ਕਾਰਜ ਪਰਮਾਤਮਾ ਕਰਦਾ, ਪਰ ਤੱਕ ਉਹ ਖੂਹ ਅੱਜ ਵੀ ਮੌਜੂਦ ਹੈ। ਉਹ ਖੂਹ ਦੇ ਖੇਤ ਭਗਤ ਧੰਨਾ ਜੀਆਂ ਦੇ ਨਾਮ ਤੇ ਨੇ। ਉਹ ਲੋਕਾਂ ਨੂੰ ਇੰਨਾ ਵਿਸ਼ਵਾਸ ਹੈ, ਇੰਨਾ ਸ਼ਰਧਾ ਹੈ, ਉਹ ਕਹਿੰਦੇ ਕਿਸੇ ਸਮੇਂ ਇਹਨਾਂ ਖੇਤਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਖੁਦ ਚਰਨ ਪਾਏ ਨੇ, ਖੁਦ ਇਸ ਇਹਨਾਂ ਖੇਤਾਂ ਦਾ ਕਣ ਕਣ ਪਵਿੱਤਰ ਕੀਤਾ ਹੋਇਆ। ਕਾਫੀ ਸਮਾਂ ਪਹਿਲਾਂ 96-97 ਚ ਬਹੁਤ ਵਾਰੀ ਉਸ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕਈ ਵਾਰ ਇੱਛਾ ਵੀ ਕੀਤੀ ਆ ਵੀ ਜਾ ਕੇ ਆਵਾਂਗੇ, ਸਤਿਗੁਰੂ ਕਿਰਪਾ ਕਰਨ ਉਹ ਧਰਤੀ ਜਿੱਥੇ ਪਰਮਾਤਮਾ ਨੇ ਖੁਦ ਨੱਗੇ ਛੱਡੇ ਹੋਣ। ਕਹਿੰਦੇ ਭਗਤ ਤਰਲੋਚਨ ਜੀ, ਪੰਡਿਤ ਤਰਲੋਚਨ ਜੀ ਭਗਤ ਧੰਨਾ ਜੀ ਨੂੰ ਕਹਿੰਦੇ ਨੇ ਭਗਤ ਧੰਨਾ ਜੀ, ਲੋਕੀ ਕਹਿੰਦੇ ਨੇ ਸੁਣਿਆ ਕਿ ਭਗਤ ਧੰਨਾ ਜੀਆਂ ਦੇ ਖੂਹ ਤੇ ਰੱਬ ਵਸਦਾ, ਮੈਨੂੰ ਵੀ ਕਿਤੇ ਦਰਸ਼ਨ ਕਰਵਾ ਦੇ, ਮੇਰਾ ਵੀ ਜੀਵਨ ਸਫਲਾ ਹੋ ਜਾਵੇ। ਪੰਡਿਤ ਤਰਲੋਚਨ ਜੀ ਕਹਿੰਦੇ ਨੇ ਕਿਰਪਾ ਕਰਦੇ ਮੈਨੂੰ ਵੀ ਮਨਾ ਦੇ, ਭਗਤ ਧੰਨਿਆ ਤੇਰੇ ਖੂਹ ਤੇ ਰੱਬ ਵਸਦਾ।
ਭਗਤ ਜੀ ਮੈਨੂੰ ਵੀ ਰੱਬ ਨਾਲ ਮਿਲਾ ਦੇ। ਫਿਰ ਦਰਸ਼ਨ ਕਰਵਾਏ ਪ੍ਰਤੱਖ। ਕਹਿੰਦੇ ਜਦੋਂ ਭਗਤ ਧੰਨਾ ਜੀਆਂ ਨੇ ਦੁਨੀਆਂ ਤੋਂ ਜਾਣ ਦਾ ਮਨ ਬਣਾਇਆ, ਕਹਿੰਦੇ ਹੋਕਾ ਦਵਾਤਾ ਪਿੰਡ ਚ, ਕਹਿੰਦੇ ਮੈਂ ਭਾਈ ਚੱਲਿਆ, ਜਿਹਨੇ ਹੋਰ ਸੱਚਖੰਡ ਜਾਣਾ ਚਲੋ ਮੇਰੇ ਨਾਲ। ਉਹ ਕਹਿੰਦੇ ਲੋਕ ਹੁਣ ਕਿੱਥੇ ਮੋਹ ਦੇ ਵੱਸ ਪੈ ਲੋ ਨਿਕਲਦੇ ਨੇ। ਫਿਰ ਕਹਿੰਦੇ ਗੱਡੇ ਤੇ ਸਵਾਰ ਹੋ ਗਿਆ ਭਗਤ ਧੰਨਾ ਜੀ, ਉਹਨਾਂ ਦਾ ਪਰਿਵਾਰ ਨੌਕਰ। ਉਹ ਗੱਡਾ ਕਹਿੰਦੇ ਥੋੜਾ ਜਿਹਾ ਸਮਾਨ ਚੁੱਚਾ ਜਾਂਦਾ ਵੇਖਿਆ, ਮੁੜ ਕੇ ਕਹਿੰਦੇ ਧੂੰਆਂ ਹੀ ਧੂੰਆਂ ਹੋ ਗਿਆ ਧੁੰਦਵਾਂਗਾ, ਮੁੜ ਕੇ ਨੀ ਦਿਸਿਆ। ਉਸ ਦਿਨ ਤੋਂ ਕਹਿੰਦੇ ਉਸ ਨਗਰ ਦਾ ਨਾਮ ਵੀ ਧੂੰਆਂ ਹੀ ਪੈ ਗਿਆ, ਧੂੰਆਂ ਕਲਾਮ, ਜਿੱਥੇ ਭਗਤ ਧੰਨਾ ਜੀਆਂ ਲਿਆ। ਇਹੋ ਜਿਹੇ ਰੱਬ ਦੇ ਪਿਆਰੇ ਹਰ ਯੁੱਗ ਯੁੱਗ ਭਗਤੋਂ ਪਾਇਆ ਬੈਜ ਰੱਖਦਾ ਆਇਆ ਰਾਮ ਰਾਜੇ ਵਾਹਿਗੁਰੂ ਪਰਮੇਸ਼ਰ, ਧੁਰ ਤੋਂ ਆਪਣੇ ਪਿਆਰਿਆਂ ਦੀ ਬੈਜ ਰੱਖਦਾ ਆਇਆ। ਸਵਾਲ ਇੱਥੇ ਸਮਾਪਤੀ ਕਰੀਏ, ਇੰਨੀ ਪ੍ਰਵਾਨ ਕਰਨਾ ਜੀ। ਵਿਚਾਰਾਂ ਕਰਦੇ ਅੱਜ ਇੱਕ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਗੁਰੂ ਕੀ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਹਾਰ ਹਨ। ਕਿਰਪਾ ਕਰਕੇ ਬਖਸ਼ ਲੈਣਾ ਜੀ, ਅਸੀਸ ਬਖਸ਼ਣੀ। ਅੱਗੋਂ ਤੋਂ ਗੁਰਮਤ ਗੁਰਵਾਕ ਅਨੁਸਾਰ ਗੁਰਬਾਣੀ ਦੇ ਵਿਚਾਰ ਇਤਿਹਾਸ ਵਿਚਾਰ ਦਾ ਮਨ ਬਖਸ਼ਿਸ਼ ਕਰਨਾ ਜੀ। ਸਵਟ ਭਾਗੀ ਹੈ ਸਿੰਘ ਪਰਿਵਾਰ ਨੰਬਰਦਾਰ ਸਰਦਾਰ ਸੋਹਣ ਸਿੰਘ ਜੀ ਅਸਲਾਪੁਰ, ਜਿਹਨਾਂ ਵੱਲੋਂ ਪਰਸੋਂ ਰੋਜ਼ ਤੋਂ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਸਮੂਹ ਪਰਿਵਾਰ, ਭਾਈ ਹਰਜਿੰਦਰ ਸਿੰਘ ਸਪੁੱਤਰ ਸਰਦਾਰ ਗੁਰਦਿਆਲ ਸਿੰਘ ਜੀ ਸਮੂਹ ਪਰਿਵਾਰ ਸੇਵਾ ਨਿਭਾ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਸੇਵਕਾਂ ਦੀ ਸੇਵਾ ਥਾਏ ਪਾਉਣ। ਆਓ ਅਨੰਦ ਸਾਹਿਬ ਦੇ ਵਿੱਚ ਡੁੱਬੀਏ। ਉਪਰੰਤ ਕਿਉਂਕਿ ਭਗਤ ਧੰਨਾ ਜੀਆਂ ਦਾ ਪ੍ਰਕਾਸ਼ ਦਿਹਾੜਾ ਕੁਝ ਦਿਨ ਪਹਿਲਾਂ ਲੰਘਿਆ, ਆਪਾਂ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਇੱਕ ਸ਼ਬਦ ਦੀ ਵਿਚਾਰ ਕੀਤੀ ਆ, ਇਤਿਹਾਸ ਵਿਚਾਰਿਆ। ਸੋ ਅਨੰਦ ਸਾਹਿਬ ਦੇ ਵਿੱਚ ਡੁੱਬੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰ ਆਹ
Thank you.